ਸਹੀ ਹੈ, ਕਸਮਾਂ ਖਾ ਖਾ ਕੇ ਉਹ ਝੂਠੀਆਂ ਕਸਮਾਂ ਖਾ ਖਾ ਕੇ ਉਹਨੇ ਜੰਗਾਂ ਲੜੀਆਂ। ਉਹਨਾਂ ਨੂੰ ਕਿੱਦਾਂ ਸ਼ਹੀਦ ਕੀਤਾ ਗਿਆ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦਾ ਤੁਸੀਂ ਸਾਰੇ ਜਣੇ ਬੜਾ ਹੀ ਘੈਂਟ ਹੋਵੋਗੇ। ਅਤੇ ਅੱਜ ਦੀ ਜਿਹੜੀ ਵੀਡੀਓ ਆ ਉਹ ਹੈਗਾ ਜ਼ਫਰਨਾਮਾ। ਜ਼ਫਰਨਾਮਾ ਤੁਹਾਨੂੰ ਸਾਰਿਆਂ ਨੂੰ ਲਗਭਗ ਪਤਾ ਹੋਣਾ, ਜ਼ਫਰਨਾਮਾ ਉਹ ਸੀ ਇੱਕ ਅਜਿਹਾ ਪੱਤਰ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਔਰੰਗਜ਼ੇਬ ਨੂੰ, ਅਤੇ ਔਰੰਗਜ਼ੇਬ ਨੇ ਉਹਨੂੰ ਪੜ੍ਹ ਕੇ ਜਿਹੜੀ ਮਤਲਬ ਕਿ ਉਹਨੂੰ ਮੁਕਤੀ ਮਿਲੀ ਇਸ ਸੰਸਾਰ ਤੋਂ। ਇੱਕ ਆਏ ਨੂੰ ਜ਼ਫਰਨਾਮਾ ਕਾਫੀ ਟਾਈਮ ਹੋ ਗਿਆ, ਬਟ ਮੈਂ ਚਾਹੁੰਦਾ ਸੀ ਮੈਂ ਤੁਹਾਡੇ ਨਾਲ ਸੁਣਾਂ ਅਤੇ ਤੁਹਾਡੇ ਨਾਲ ਇੱਥੇ ਰਿਐਕਸ਼ਨ ਬਣਾਵਾਂ ਅਤੇ ਤੁਹਾਡੇ ਨਾਲ ਆਪਣੀ ਦਿਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕਰਾਂ। ਸੋ ਬਿਨਾਂ ਟਾਈਮ ਵੇਸਟ ਕੀਤੇ ਵੀਡੀਓ ਸ਼ੁਰੂ ਕਰਾਂਗੇ, ਪਰ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਵੀਡੀਓ ਟਾਈਮ ਟੂ ਟਾਈਮ ਜਿਹੜੀ ਮਿਲਦੀ ਰਹੇ। ਅੱਜ ਦੇਖੀਏ ਇਹ ਵੀਡੀਓ। ਔਰੰਗਜ਼ੇਬ ਉਹ ਨਹੀਂ ਸੀ ਕਹਿੰਦਾ ਕੋਈ ਸਿਆਣਾ ਮੌਲਵੀ ਕਾਜੀ ਜਿਹੜਾ ਗੁਰੂ ਘਰ ਦੀ ਅਜ਼ਮਤ ਨੂੰ ਜਾਣਦਾ ਸੀ, ਉਹਨੇ ਆਖਿਆ ਵਾ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇਰੀ ਜਾਨ ਸੌਖੀ ਨਿਕਲ ਜੂਗੀ। ਉਦੋਂ ਤੇ ਇੱਕ ਰੰਗਾ ਸੀ, ਹੁਣ ਚੱਪੇ ਚੱਪੇ ਤੇ ਰੰਗੇ ਜਿਹੜੇ ਸਿੱਖੀ ਨੂੰ ਮਕਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਆ, ਖੇੜਾ ਇਹਨਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੀ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਕਹਿਣਾ ਚਾਹੂੰਗਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੇ ਸਿੱਖਾਂ ਅਤੇ ਮੁਸਲਮਾਨਾਂ ਦਾ ਜਿਹੜਾ ਸੰਬੰਧ ਆ ਉਹ ਪੁਰਾਣੀ ਆਪਾਂ ਹਿਸਟਰੀ ਇਤਿਹਾਸ ਕੋਲ ਕੇ ਵੇਖੀਏ ਤਾਂ ਕਾਫੀ ਬਿਹਤਰ ਰਹੇ ਨੇ, ਪਰ ਕੁਝ ਕੁ ਇੱਦਾਂ ਦੇ ਜਿਹੜੇ ਔਰੰਗਜ਼ੇਬ, ਵਜ਼ੀਰ ਖਾਨ, ਇੱਦਾਂ ਦੇ ਜਿਹੜੇ ਅੱਤਿਆਚਾਰੀ ਜਿਹੜੇ ਸ਼ਾਸਕ ਰਹੇ ਆ ਅਤੇ ਉਹਨਾਂ ਨੂੰ ਮੂੰਹ ਦੀ ਮਾਰ ਵੀ ਪਈ ਹੈ, ਠੀਕ ਹੈ, ਉਹਨਾਂ ਨੂੰ ਖਾਣੀਆਂ ਵੀ ਪਈਆਂ ਫਿਰ ਖਾਲਸੇ ਦੇ ਕੋਲੋਂ, ਅਤੇ ਪਰ ਉਹ ਵੀ ਮੁਸਲਮਾਨ ਹੀ ਸੀ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਸਾਈਂ ਮੀਆਂ ਮੀਰ ਜੀ, ਠੀਕ ਹੈ। ਅਤੇ ਹਰ ਧਰਮ ਵਿੱਚ ਮਤਲਬ ਕਿ ਗਲਤ ਬੰਦੇ ਹੁੰਦੇ ਆ, ਅਤੇ ਅੱਜ ਦੀ ਜਿਹੜੀ ਇਹ ਵੀਡੀਓ ਹੈ ਸਾਰਿਆਂ ਨੇ ਦੇਖਿਓ, ਜਦੋਂ ਵੀ ਜ਼ਫਰਨਾਮਾ ਆਪਾਂ ਸੁਣਦੇ ਹਾਂ ਇੱਕ ਜੋਸ਼ ਭਰ ਜਾਂਦਾ, ਕਿਉਂਕਿ ਜਿਹੜਾ ਆਪਣਾ ਸਿੱਖ ਇਤਿਹਾਸ ਆ ਨਾ ਉਹ ਚਾਹੇ ਬਾਹਲਾ ਪੁਰਾਣਾ ਇਤਿਹਾਸ ਨਹੀਂ ਗਾ, ਪਰ ਬਹੁਤ ਜ਼ਿਆਦਾ ਵਿਲੱਖਣ ਆ, ਬਹੁਤ ਜ਼ਿਆਦਾ ਡਿਫਰੈਂਟ ਆ ਬਾਕੀ ਦੁਨੀਆ ਦੇ ਇਤਿਹਾਸਾਂ ਨਾਲੋਂ, ਅਤੇ ਇੰਡੀਆ ਦੇ ਵਿੱਚ ਤਾਂ ਖਾਸ ਕਰਕੇ, ਕਿਉਂਕਿ ਜ਼ਿਆਦਾ ਪੁਰਾਣਾ ਨਹੀਂ ਹੈ ਤਾਂ ਇਹਦੇ ਵਿੱਚ ਕੁਛ ਮਿਥਿਹਾਸ ਵੀ ਨਹੀਂ ਹੈ, ਠੀਕ ਹੈ, ਕਿਉਂਕਿ ਜਿਹੜੇ ਜ਼ਿਆਦਾ ਪੁਰਾਣੇ ਹੁੰਦੇ ਆ ਉਹਨਾਂ ਵਿੱਚ ਹੌਲੀ ਹੌਲੀ ਟਾਈਮ ਟੂ ਟਾਈਮ ਜਿਹੜੀਆਂ ਚੀਜ਼ਾਂ ਜੁੜਦੀਆਂ ਰਹਿੰਦੀਆਂ, ਆਪਣੇ ਵੱਲੋਂ ਲੋਕ ਲਾਲਾ ਲਿਖਦੇ ਰਹੇ ਆ, ਪਰ ਇਹ ਜ਼ਿਆਦਾ ਪੁਰਾਣਾ ਇਤਿਹਾਸ ਨਹੀਂ ਹੈ, ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਬਿਲਕੁਲ ਸੱਚ ਆ। ਅੱਗੇ ਦੇਖਦੇ ਹਾਂ, ਵੀਡੀਓ ਪੂਰੀ ਦੇਖਿਓ, ਦੇਖਦੇ ਹਾਂ ਜੋ ਸਹੀ ਹੈ, ਕਸਮਾਂ ਖਾ ਖਾ ਕੇ ਉਹ ਝੂਠੀਆਂ ਕਸਮਾਂ ਖਾ ਖਾ ਕੇ ਉਹਨੇ ਜੰਗਾਂ ਲੜੀਆਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਕਿਆ ਭਰਾਵਾਂ ਦੀ ਜੋੜੀ ਨੇ ਜਿਹੜਾ ਜ਼ਫਰਨਾਮਾ ਪੜ੍ਹਿਆ, ਫਤਿਹ ਦੀ ਚਿੱਠੀ ਜਿਹਨੂੰ ਕਹਿੰਦੇ ਜ਼ਫਰਨਾਮਾ, ਲੂਹ ਕੰਡਾ ਖੜ੍ਹਾ ਹੋ ਜਾਂਦਾ ਸੁਣ ਕੇ। ਕਿਉਂਕਿ ਮੈਂ ਹਮੇਸ਼ਾ ਦਸਾਂ ਗੁਰੂਆਂ ਸਾਹਿਬਾਨਾਂ 'ਚੋਂ ਹਮੇਸ਼ਾ ਜਿਹੜੇ ਮੇਰੇ ਸਭ ਤੋਂ ਦਿਲ ਦੇ ਕਰੀਬ ਰਹੇ ਆ ਗੁਰੂ ਗੋਬਿੰਦ ਸਿੰਘ ਜੀ ਆ, ਅਤੇ ਉਹਨਾਂ ਨੂੰ ਆਪਣਾ ਮੈਂ ਇੱਕ ਜਿੱਦਾਂ ਜਿਹਨੂੰ ਕਹਿੰਦੇ ਹੁੰਦੇ ਆਪਾਂ ਇੱਕ ਇੱਕ ਗਾਈਡ ਦੀ ਤਰ੍ਹਾਂ ਲੈਂਦਾ ਕਿ ਉਹ ਮੈਨੂੰ ਗਾਈਡ ਕਰਦੇ ਹੈ ਨਾ, ਇੱਦਾਂ ਸਾਰੇ ਜਣੇ ਸੋਚਦੇ ਆ। ਅਤੇ ਜਦੋਂ ਆਪਾਂ ਉਹਨਾਂ ਦੀ ਜੀਵਨੀ ਪੜ੍ਹਦੇ ਹਾਂ, ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਤਾਂ ਹਮੇਸ਼ਾ ਜੋਸ਼ ਭਰਦਾ। ਅਤੇ ਜਦੋਂ ਆਪਾਂ ਸੋਚਦੇ ਹਾਂ ਕਿ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਉਹਨਾਂ ਨੂੰ ਕਿੱਦਾਂ ਸ਼ਹੀਦ ਕੀਤਾ ਗਿਆ, ਰੂਹ ਕੰਬ ਜਾਂਦੀ ਹੈ ਯਾਰ ਸੋਚ ਕੇ, ਉਸ ਟਾਈਮ ਨੂੰ ਯਾਦ ਕਰਕੇ। ਮਤਲਬ ਇੰਨਾ ਕੁ ਜ਼ਿਆਦਾ ਅੰਦਰੋਂ ਮੇਰੇ ਤੋਂ ਬੋਲਿਆ ਵੀ ਨਹੀਂ ਜਾ ਰਿਹਾ। ਮਤਲਬ ਜ਼ਫਰਨਾਮਾ, ਛੋਟੇ ਸਾਹਿਬਜ਼ਾਦੇ ਸ਼ਹੀਦੀ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਜਾਂ ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਜੀ, ਮਤਲਬ ਇਹੋ ਜਿਹਾ ਕਿਹੜਾ ਸ਼ਖਸ ਹੋਣਾ ਯਾਰ ਦੁਨੀਆ 'ਚ ਜਿਹੜਾ ਆਪਦਾ ਪੂਰਾ ਪਰਿਵਾਰ ਵਾਰ ਦੇ, ਉਹ ਵੀ ਧਰਮ ਦੇ ਲਈ। ਅਤੇ ਅੱਜ ਕੱਲ੍ਹ ਦੇ ਮੁੰਡੇ ਦਸਤਾਰਾਂ ਬੰਨਣ ਤੋਂ ਪਿੱਛੇ ਹਟਦੇ ਆ। ਮਤਲਬ ਇੱਕ ਉਹ ਸ਼ਖਸ ਹੈ ਜਿਹਨੇ ਆਪਣੇ ਲਈ ਆਪਦਾ ਸਾਰਾ ਪਰਿਵਾਰ ਵਾਰਤਾ, ਅਤੇ ਇੱਕ ਅੱਜ ਕੱਲ੍ਹ ਦੇ ਲੋਕ ਆ ਜਿਹੜੇ ਦਾੜੀਆਂ ਰੱਖਣ ਤੋਂ ਕਤਰਾਉਂਦੇ ਆ, ਅਤੇ ਫੈਸ਼ਨ ਦੇ ਪਿੱਛੇ ਲੱਗਦੇ ਆ, ਅਤੇ ਉਹ ਚੀਜ਼ਾਂ ਕਰਦੇ ਆ। ਜਦੋਂ ਇਹ ਚੀਜ਼ਾਂ ਆਉਂਦੀਆਂ ਤਾਂ ਦੁਨੀਆ ਤੋਂ ਨਫ਼ਰਤ ਹੁੰਦੀ ਹੈ ਯਾਰ। ਮਤਲਬ ਜਿਹੜੇ ਲੋਕ ਇੱਦਾਂ ਦੀ ਸੋਚ ਰੱਖਦੇ ਆ ਕਿ ਫੈਸ਼ਨ ਨੂੰ ਹੀ ਸਾਰਾ ਅੱਗੇ ਦੇਖਦੇ ਆ, ਆਪਦਾ ਜੋ ਤੁਹਾਡਾ ਇਤਿਹਾਸ ਆ ਉਹਨੂੰ ਲੋਕ ਭੁੱਲਦੇ ਆ। ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਮੈਂ, ਸਿਰਫ ਸਿੱਖਾਂ ਦੀ ਗੱਲ ਕਰ ਰਿਹਾ। ਜਿਹੜੇ ਸਿੱਖ ਪਰਿਵਾਰ ਵਿੱਚ ਪੈਦਾ ਹੋਏ ਆ, ਉਹਦੇ ਮਾਂ ਪਿਓਆਂ ਦੀ ਵੀ ਗਲਤੀ ਹੈ, ਅਤੇ ਉਹਦੇ ਵਿੱਚ ਬੱਚਿਆਂ ਦੀ ਆਪ ਵੀ ਗਲਤੀ ਹੈ। ਕਿ ਮੈਂ ਇੱਕ ਗੱਲ ਦੇਖੀ ਹੈ ਯਾਰ, ਆਪਣੇ ਜਿਹੜੇ ਪੰਜਾਬੀ ਲੋਕ ਆ ਨਾ, ਉਹਨਾਂ ਦਾ ਜਿਹੜਾ ਮਤਲਬ ਜਿਹੜਾ ਉਹਨਾਂ ਦਾ ਲਾਈਫ ਸਟਾਈਲ ਹੈ ਨਾ, ਉਹ ਬਹੁਤ ਹੀ ਸਿਰਫ ਮੌਜ ਮਸਤੀ ਵਾਲਾ ਹੀ ਰਹਿ ਚੁੱਕਿਆ। ਤੁਸੀਂ ਬਾਹਰਲੇ ਲੋਕ ਦੇਖੋ, ਅੰਗਰੇਜ਼ਾਂ ਦੇ ਜਵਾਕ ਦੇਖ ਲਓ ਜਾਂ ਹੋਰਾਂ ਦੇ ਦੇਖ ਲਓ ਯਾਰ, ਉਹ ਹਮੇਸ਼ਾ ਆਪਦੀ ਲਾਈਫ ਨੂੰ ਰਿਸਰਚ ਕਰਦੇ ਆ, ਅੰਦਰੋਂ ਕੁਝ ਨਾ ਕੁਝ ਉਹਨਾਂ ਦੇ ਚੱਲਦਾ। ਛੋਟੇ ਛੋਟੇ ਬੱਚਿਆਂ ਦੇ ਹੁਨਰ ਦੇਖੋ, ਛੋਟੇ ਛੋਟੇ ਬੱਚਿਆਂ ਨਾਲ, ਅੰਗਰੇਜ਼ਾਂ ਦੇ ਜਵਾਕਾਂ ਨਾਲ ਕਦੇ ਗੱਲ ਕੀਤੀ ਹੋਵੇ ਨਾ ਆਪਾਂ, ਤਾਂ ਪਤਾ ਲੱਗਦਾ ਯਾਰ ਅੱਜ ਆਪਣੇ ਜਿਹੜੇ ਬੱਚਾ ਜਿਹੜਾ ਆਪਣਾ 18 ਸਾਲਾਂ ਦਾ ਨਾ, ਉਹਨਾਂ ਦੇ ਜਿਹੜੇ ਜਵਾਕ ਆ ਉਹ 12-12 ਸਾਲਾਂ ਦੇ ਉਹ ਉਸ ਲੈਵਲ ਦੇ ਮੈਚ ਕਰਦੇ ਆ। ਉਹਨਾਂ ਦੀ ਨੌਲੇਜ, ਉਹਨਾਂ ਦੇ ਗੱਲ ਕਰਨ ਦਾ ਤਰੀਕਾ, ਉਹਨਾਂ ਦਾ ਕੌਨਫੀਡੈਂਸ, ਉਹਨਾਂ ਦੀ ਇੱਕ ਦ੍ਰਿੜਤਾ, ਉਹਨਾਂ ਦਾ ਇੱਕ ਆਤਮ ਵਿਸ਼ਵਾਸ, ਮਤਲਬ ਉਹ ਐਂਡ ਤੁਹਾਨੂੰ ਮੈਂ ਮੇਰੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਾਂ, ਮੈਂ ਐਗਜ਼ਾਮਪਲਾਂ ਦੇਣ ਨੂੰ ਬਹੁਤ ਸਾਰੀਆਂ ਐਗਜ਼ਾਮਪਲਾਂ ਦੇ ਸਕਦੇ ਹਾਂ, ਪਰ ਗੱਲ ਜ਼ਫਰਨਾਮੇ ਦੀ ਕਰੀਏ ਤਾਂ ਜ਼ਫਰਨਾਮਾ ਔਰੰਗਜ਼ੇਬ ਇੰਨੀਆਂ ਜੰਗਾਂ ਹਾਰ ਕੇ ਵੀ ਜਿਹੜਾ ਹਾਰ ਨਹੀਂ ਮੰਨਦਾ ਸੀਗਾ, ਅਤੇ ਉਹ ਜ਼ਫਰਨਾਮਾ ਪੜ੍ਹ ਕੇ ਹਾਰ ਮੰਨਿਆ, ਕਿਉਂਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ਼ਬਦਾਂ ਦੀ ਜਿਹੜਾ ਤਿੱਖਾ ਵਾਰ ਉਹਦੇ 'ਤੇ ਕੀਤਾ, ਉਦੋਂ ਉਹਨੂੰ ਅਹਿਸਾਸ ਹੋਇਆ ਕਿ ਉਹਨੇ ਕਿੰਨੇ ਗਲਤ ਕੰਮ ਅਤੇ ਕਿੰਨੀ ਜਿਹੜੀ ਕੱਟੜਤਾ ਉਹਨੇ ਦਿਖਾਈ ਆ, ਹੈ ਨਾ, ਅਤੇ ਉਹਨੂੰ ਉਸ ਚੀਜ਼ ਦਾ ਅਹਿਸਾਸ ਹੋਇਆ, ਅਤੇ ਉਦੋਂ ਉਹਦੇ ਜਿਹੜੇ ਅਹਿਸਾਸ ਜਿਹੜੇ ਉਹ ਨਿਕਲੇ। ਜ਼ਫਰਨਾਮਾ ਮੈਂ ਜਦੋਂ ਵੀ ਸੁਣਦਾ ਤਾਂ ਮੇਰਾ ਮੈਂ ਕੀ ਮੈਨੂੰ ਲੱਗਦਾ ਜਿਹੜਾ ਵੀ ਬੰਦਾ ਆਪਦੇ ਧਰਮ ਨੂੰ, ਆਪਦੇ ਗੁਰੂ ਨੂੰ ਪਿਆਰ ਕਰਦਾ, ਜਾਂ ਜਿਹਦੇ ਜਿਹੜੇ ਬੰਦੇ ਵਿੱਚ ਥੋੜ੍ਹੀ ਜਿਹੀ ਵੀ ਸੈਂਸਿਟੀਵਿਟੀ ਹੈਗੀ ਆ, ਮਤਲਬ ਹੈ ਨਾ ਇਨਸਾਨੀਅਤ ਹੈਗੀ ਹੈ ਜਿਹਦੇ ਵਿੱਚ, ਉਹ ਜ਼ਫਰਨਾਮਾ ਸੁਣ ਕੇ ਜ਼ਰੂਰ ਮਤਲਬ ਉਹਦੀ ਅੱਖਾਂ 'ਚ ਹੰਝੂ ਆਉਣਗੇ, ਅਤੇ ਉਹ ਇੱਕ ਵਾਰੀ ਸੋਚਣ ਨੂੰ ਜ਼ਰੂਰ ਮਜਬੂਰ ਹੋਊਗਾ ਕਿ ਗੁਰੂ ਗੋਬਿੰਦ ਸਿੰਘ ਕਿੱਦਾਂ ਦੀ ਸ਼ਖਸੀਅਤ ਸੀ, ਜਿਨ੍ਹਾਂ ਨੂੰ ਕਿੰਨਾ ਗਿਆਨ, ਚਾਹੇ ਉਹ ਕਲਮ ਦਾ ਗਿਆਨ ਹੋਵੇ, ਚਾਹੇ ਉਹ ਹਥਿਆਰਾਂ ਦਾ ਗਿਆਨ ਹੋਵੇ, ਠੀਕ ਹੈ, ਚਾਹੇ ਉਹ ਇੱਕ ਸਪਿਰਿਚੁਐਲਿਟੀ ਦੀ ਗੱਲ ਹੋਵੇ, ਹੈ ਨਾ, ਮਤਲਬ ਹਰ ਪਾਸੋਂ ਦੇਖੀਏ ਪਰਫੈਕਟ। ਅਤੇ ਇੱਦਾਂ ਦੇ ਇਨਸਾਨ ਅੱਜ ਕੱਲ੍ਹ ਦੁਨੀਆ 'ਤੇ ਬਿਲਕੁਲ ਨਹੀਂ ਆ ਸਕਦੇ। ਅੱਜ ਕੱਲ੍ਹ ਦਾ ਸਭ ਕੁਝ ਫੇਕ, ਬਾਬੇ ਸਭ ਕੁਝ ਫੇਕ ਫੇਕ ਫੇਕ। ਸੋ ਗਾਈਜ਼, ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਤਾਂ ਕਮੈਂਟ ਵਿੱਚ ਆਪਦੀ ਰਾਏ ਜ਼ਰੂਰ ਦਿਓ, ਬਾਕੀ ਸ਼ੇਅਰ ਕਰਨਾ ਕਰ ਦਿਓ ਜੇਕਰ ਤੁਹਾਨੂੰ ਚੰਗੀ ਲੱਗੀ ਹੈ ਤਾਂ, ਜੇਕਰ ਨਹੀਂ ਲੱਗੀ ਤਾਂ ਇਟਸ ਯੋਰ ਚੋਇਸ। ਮਿਲਦੇ ਤੁਹਾਨੂੰ ਕਿਸੇ ਹੋਰ ਵੀਡੀਓ 'ਚ, ਤਦ ਤੱਕ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। With the